ਨੂੰ ਜਾਣਦਾ ਹੈ। ਕੁਲਦੀਪ ਮਾਨਕ ਸਾਹਿਬ ਨੂੰ ਹੱਥ ਖੜੇ ਕਰ ਦਿਓ ਇੱਕ ਵਾਰੀ ਬਾਈ, ਉਹਨਾਂ ਦੇ ਨਾਂ ਤੇ ਤਾੜੀ ਲਾ ਦਿਓ। ਸ਼ੁਰੂ ਕਰਦਾ ਉਹਨਾਂ ਨੂੰ ਤੇਰੇ ਟਿੱਲੇ ਤੋਂ ਸੂਰਤ ਦੀ ਆਹੀਰ ਦੀ ਸਾਡੇ ਬਹੁਤ ਨੇ ਜਿਨ੍ਹਾਂ ਨੇ ਸਾਨੂੰ ਇੰਨਾ ਕੁਛ ਗਾਉਣ ਨੂੰ ਦਿੱਤਾ। ਸੋ ਦੋ ਦੋ ਲਾਈਨਾਂ ਸਾਰੇ ਉਸਤਾਦਾਂ ਦੀ ਗਾਊਂਗਾ। ਬਾਬਾ ਕਰਤਾਰ ਅਮਲਾ ਜੀ ਕੀ ਕਹਿੰਦੇ, ਹਾਂ ਜੀਡੀ ਰੋੜੀ ਉੱਤੇ ਬੜਾ ਆਉਂਦਾ ਸੀ ਨਜ਼ਾਰਾ, ਜੀਡੀ ਰੋੜੀ ਉੱਤੇ ਬੜਾ ਆਉਂਦਾ ਸੀ ਜੱਟ ਆਉਂਦਾ ਸੀ ਪਚਾਸੀਆਂ ਤੇ ਛੱਡੀ ਨੀ ਗੋਰੇ ਰੰਗ ਦੇ ਰਗੜਤਾ। ਆਪਣੀ ਵੀ ਆਹੀ ਵੀ ਕਦੇ ਨੀ ਛੱਡੀ ਦੀ ਦੋਨਾਂ ਦੇ ਆ ਦੁੱਖ ਇੱਕੋ ਜਿਹਾ ਜਾਈਦਾ, ਦੋਨਾਂ ਦਾ ਇਹ ਦੁੱਖ ਇੱਕੋ ਜਿਹਾ ਜਾਈਦਾ। ਉਹ ਸੱਜਣਾ ਦੇ ਨਾਲ ਧੋਖਾ ਨੀ ਕਮਾਈਦਾ, ਸੱਜਣਾ ਦੇ ਨਾਲ ਧੋਖਾ ਨੀ ਕਮਾਈਦਾ। ਮੈਂ ਕਰਦੀ ਮਾਰੀ ਅੱਧੀ ਰਾਤ ਤੱਕ, ਮੈਂ ਕਰਦੀ ਮੈਨੂੰ ਚਿੱਠੀਆਂ ਨਿਕਲਦੀ ਮਾਰੀ ਮੈਂ ਅੱਧੀ ਰਾਤ।
ਨਾਨਕ ਸਾਹਿਬ ਦਾ ਤੁਸੀਂ ਸੁਣਿਆ ਹੋਊਗਾ। ਉਹ ਸੁਣ ਮਾਸੀ ਵੀ ਬੋਲੀ ਆਲੇ ਦਾ ਇੱਕ ਸੁਨੇਹਾ ਮੇਰਾ, ਉਹ ਜਾ ਕੇ ਕਹਿ ਦੇ ਸਾਹਿਬਾ ਨੂੰ ਯਾਰ ਬੁਲਾਉਂਦਾ ਤੇਰਾ। ਬੀਬਾ ਰਣਜੀਤ ਕੌਰ ਦਾ ਨਾਂ ਕਿਹਨਾਂ ਕਿਹਨਾਂ ਨੇ ਸੁਣਿਆ? ਬਹੁਤ ਪੁਰਾਣੇ ਕਲਾਕਾਰ ਹੋਏ ਨੇ। ਸੁਣਿਆ ਬਾਈ ਸੁਖੀ ਕਹਿੰਦੇ ਲਾਲੀਆ ਮੁੰਦਰੀ ਮੇਰੀ, ਇਹ 1000 ਰੁਪਈਏ ਦਾ ਨਾਮ ਜੀ ਸਾਡੇ ਭਾਜੀ ਭਾਜੀ ਨਾਮ ਨੀ ਦੱਸਿਆ ਆਪਣਾ, ਕਹਿੰਦੇ ਬਸ ਤੂੰ ਬਸ ਦੇ ਦੇ। ਗਾਂਧੀ ਜੀ ਖੁੱਲ ਜੋ ਆਏ ਮਾਰੇ ਗਾਂਧੀ, ਕਿਆ ਚਲੀ ਤੇਰੀ ਆਂਧੀ, ਆਇਆ ਥਾ ਲੰਗੋਟ ਮੇ ਘੁਸ ਗਿਆ 1000 ਕੇ ਨੋਟ ਮੇ, ਇੱਕ ਵਾਰੀ ਤਾੜੀਆਂ ਮਾਰ ਦੇ ਬਾਈ ਓਏ ਜੇਬ ਚ ਪਾ ਲਾ ਮੈਂ। ਸ਼ੁਕਰੀਆ ਸ਼ੁਕਰੀਆ, ਬਹੁਤ ਬਹੁਤ ਮਿਹਰਬਾਨੀ, ਮੈਂ ਨਾਂ ਨਹੀਂ ਜਾਣਦਾ ਬਾਈ ਦਾ, ਲਵ ਯੂ। ਸੋ ਕੀ ਕਹਿੰਦੀ ਬੀਬੀ ਰਣਜੀਤ ਕੌਰ? ਹੋ ਲਾਲੀਏ ਮੁੰਦਰੀ ਮੇਰੀ, ਹੋ ਲਾਲੀਏ ਮੁੰਦਰੀ ਮੇਰੀ, ਚਾਲਾਂ ਦੇ ਨਾਲ ਬਈ ਬਈ ਹੁਣ ਕਿਉਂ ਨੀ ਦਿੰਦਾ ਮੈਨੂੰ ਆਪਣਾ ਰੁਮਾਲ ਬਈ ਬਈ। ਸ਼ੁਕਰੀਆ ਮਿਹਰਬਾਨੀ, ਵਧੀਆ ਲੱਗੇ ਤਾਂ ਤਾੜੀ ਮਾਰਿਓ ਜੀ। ਸੋ ਮੇਰਾ ਫਿਰ ਪੱਲੇ ਆਸ਼ਿਕ ਦੇ ਆਸ਼ਿਕ ਹੋ ਕੱਖ ਨਾ ਮਜ਼ਾ ਆ ਗਿਆ, ਹੁਣ ਆਇਆ ਮਜ਼ਾ।